ਲਾਈਫ ਚੁੜੀ ਦਿਲ ਦੀਆਂ ਗੱਲਾਂ ਕਰੋ ਦਿਲ ਖੋਲ ਕੇ ਮੇਰੇ ਨਾਲ ਜੀ ਹਾਂ ਤੁਸੀਂ ਜਿਹੜੇ ਰੋ ਮੇਰੇ ਨਾਲ ਆਲ ਸਾਂਝਾ ਪੰਜਾਬ ਟੀਵੀ ਦਿਲ ਖੋਲ ਕੇ ਬੋਲ ਸਾਂਝਾ ਪੰਜਾਬ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਜੋਤੀਵੱਲੋ ਪਿਆਰ ਤੇ ਸਤਿਕਾਰ ਪਰਿ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਸਲਾਮ ਤੇ ਨਿੱਗੀ ਜੀਆਂ ਨੂੰ ਉਮੀਦ ਕਰਦੀ ਹਾਂ ਠੰਡੇ ਠੰਡੇ ਖੂਬਸੂਰਤ ਮੌਸਮ ਦੇ ਨਾਲ ਤੁਸੀਂ ਵੀ ਖੂਬਸੂਰਤ ਹੋ ਤੇ ਆਪਣੇ ਮਾਈਂਡ ਨੂੰ ਪੋਜ਼ਿਟਿਵ ਰੱਖਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਹੈਲਦੀ ਖਾ ਰਹੇ ਹੋ ਔਰ ਜ਼ਿਆਦਾ ਅੱਛੀ ਨੀਂਦ ਲੈਣ ਦੀ ਕੋਸ਼ਿਸ਼ ਕਰ ਰਹੇ ਹੋ ਖੈਰ ਕਿਸ ਨੇ ਖੂਬ ਕਿਹਾ ਹੈ ਜ਼ਿੰਦਗੀ ਦੇ ਵਿੱਚ ਕਿ ਜੇ ਤੁਸੀਂ ਹਾਰੋ ਤਾਂ ਹਿੰਮਤ ਤੇ ਨਾਲ ਹਾਰੋ ਲੇਕਿਨ ਕਦੀ ਹਿੰਮਤ ਨਾ ਹਾਰੋ ਸੋ ਬੜਾ ਟ੍ਰਿਕੀ ਜਿਹਾ ਹੈਗਾ ਸਟੇਟਮੈਂਟ ਲੇਕਿਨ ਇਹਨੂੰ ਸਮਝਣ ਦੀ ਲੋੜ ਹੈ ਕਿ ਜੇ ਹਾਰੋ ਤਾਂ ਹਿੰਮਤ ਦੇ ਨਾਲ ਹਾਰੋ ਪਰ ਹਿੰਮਤ ਕਦੀ ਨਾ ਹਾਰੋ ਕਿਉਂਕਿ ਜੇ ਅਸੀਂ ਆਪਣੀ ਹਿੰਮਤ ਹਾਰ ਗਏ ਤਾਂ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਕਰ ਸਕਦੇ ਹਿੰਮਤ ਉਮੀਦ ਜੋਸ਼ ਹਮੇਸ਼ਾ ਜ਼ਿੰਦਾ ਰਹਿਣਾ ਚਾਹੀਦਾ ਹੈ ਚਾਹੇ ਅਸੀਂ ਕਿਸੇ ਵੀ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕਿਉਂ ਨਾ ਘਰੇ ਹੋਈਏ ਕੋਵਿਡ ਦੇ ਦੌਰਾਨ ਅਸੀਂ ਸਾਰੇ ਕਿਤੇ ਨਾ ਕਿਤੇ ਮੈਂਟਲੀ ਸਟ੍ਰੈਸ ਤੋਂ ਗੁਜ਼ਰ ਰਹੇ ਹਾਂ ਫਾਈਨੈਂਸ਼ੀਅਲੀ ਸਟ੍ਰੈਸ ਤੋਂ ਗੁਜ਼ਰ ਰਹੇ ਹਾਂ ਫਿਜ਼ੀਕਲ ਸਟ੍ਰੈਸ ਤੋਂ ਗੁਜ਼ਰ ਰਹੇ ਹਾਂ ਬਹੁਤ ਸਾਰੇ ਚੈਲੰਜਸ ਹਨ ਸਾਡੇ ਨਾਲ ਬਟ ਉਹਨਾਂ ਚੈਲੰਜਸ ਨੂੰ ਅਸੀਂ ਐਕਸੈਪਟ ਕਰਨਾ ਹੈ ਆਪਣੀ ਡਾਈਟ ਨੂੰ ਵੀ ਅਸੀਂ ਸਹੀ ਰੱਖਣਾ ਹੈ अपने आपूँ पॉजिटिव रखना है और कोशिश करते रहना है खैर सा कोशिश हमेशा होंगी है कि तहु तो वजिया खूबसूरत मेहमान मिलवाइए उन्होंने जानकारी थोड़े तो तक पहुँचाइए ताकि तो भी कितना कित मदद मिल सके एक डायरैक्शन मिल सके फिर मेरे नाज़िर हन सायो के वेट मैनेजमेंट प्रोफेसनल बलबीर लहल जी जिन्ना दे yeah. ने ਤੁਸੀਂ ਕਾਫੀ ਸਾਲਾਂ ਤੋਂ ਸਾਂਝਾ ਪੰਜਾਬ ਤੇ ਵੀ ਦੇਖਦੇ ਹੋ ਹਮੇਸ਼ਾ ਆਉਂਦੇ ਹਨ ਜਾਣਕਾਰੀ ਸਾਂਝੀ ਕਰਕੇ ਜਾਂਦੇ ਹਨ ਮੀਰੀ ਫਰੈਂਡ ਔਰ ਬਹੁਤ ਹੀ ਵਧੀਆ ਇਨਸਾਨ ਬਲਬੀਰ ਲਹਿਲ ਬਲਬੀਰ ਵੈਲਕਮ ਟੂ ਦ ਸਟੂਡੀਓ ਥੈਂਕ ਯੂ ਜਤੀ ਤੁਹਾਨੂੰ ਤੇ ਨਾਨਾ ਸਾਂਝਾ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡੇ ਕੀ ਹਾਲ ਚਾਲ ਨੇ ਆਲਮੋਸਟ ਆਪਾਂ ਮੋਰ ਥੈਨ 3 ਵੀਕਸ ਤੋਂ ਜਿਹੜੇ ਹੈਗੇ ਸਟੂਡੀਓ ਚੱਲ ਰਿਹਾ ਹੈਗਾ ਕੋਵਿਡ ਨੇ ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਜਿਹੜੀ ਸਿਚੁਏਸ਼ਨ ਆ ਉਹ ਇਦਾਂ ਦੀ ਕੀਤੀ ਕਿ ਆਪਾਂ ਵੋਇਡ ਹੀ ਕੀਤਾ ਜਿੰਨਾ ਵੀ ਹੋ ਸਕੇ ਆਪਾਂ ਕੱਲਿਆਂ-ਕੱਲਿਆਂ ਨਹੀਂ ਇੰਟਰਵਿਊ ਤੇ ਸਾਡੇ ਸਾਡੇ ਦਰਸ਼ਕਾਂ ਨੂੰ ਵਿਊਰਸ ਨੂੰ ਆਪਾਂ ਟਿਪਸ ਦੇਣ ਦੀ ਕੋਸ਼ਿਸ਼ ਕੀਤੀ ਸੀ ਅੱਜ ਮੈਂ ਸੋਚਿਆ ਕਿ ਆਪਾਂ ਲੌਂਗ ਟਾਈਮ ਬਾਅਦ ਇੱਕ ਜਿਹੜਾ ਛੋਟਾ ਜਿਹਾ ਇੰਟਰਵਿਊ ਤੁਹਾਡੇ ਨਾਲ ਕਰਾਈਏ ਕਿ ਸਾਡੇ ਦਰਸ਼ਕਾਂ ਨੂੰ ਕੋਈ ਨਾ ਕੋਈ ਨਵਾਂ ਟਿਪਸ ਮਿਲ ਸਕੇ ਬਿਲਕੁਲ ਔਰ ਸਾਂਝਾ ਪੰਜਾਬ ਦੇ ਦਰਸ਼ਕ ਹਮੇਸ਼ਾ ਇੰਤਜ਼ਾਰ ਕਰਦੇ ਹਨ ਤੁਹਾਡਾ ਤੇ ਤੁਹਾਡੇ ਟਿਪਸ ਦਾ ਔਰ ਬਹੁਤ ਵਧੀਆ ਫੀਡਬੈਕ ਲੋਕਾਂ ਦੀ ਆਂਦੀ ਹੈ ਜਦੋਂ ਉਹਨਾਂ ਦਾ weight lose ਹੁੰਦਾ ਹੈ ਜਾਂ ਉਹਨਾਂ ਨੂੰ ਵਧੀਆ ਤੁਹਾਡੇ ਵੱਲੋਂ ਟਿਪਸ ਮਿਲਦੇ ਹਨ ਤੇ ਉਹ ਬਹੁਤ ਖੁਸ਼ ਹੁੰਦੇ ਹਨ ਔਰ ਇਹ ਫੀਡਬੈਕ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਔਰ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਆਪਣੀ ਫੀਡਬੈਕ ਸਾਨੂੰ ਦਿੰਦੇ ਰਹੋ ਤਾਂ ਕਿ ਅਸੀਂ ਵਧੀਆ ਕੰਮ ਤੁਹਾਡੇ ਲਈ ਕਰ ਸਕੀਏ ਸੋ ਬਲਬੀਰ ਕੋਵਿਡ ਦੇ ਦੌਰਾਨ ਹਰ ਕੋਈ ਮੈਂਟਲੀ ਚੈਲੰਜ ਦੇ ਥਰੂ ਗੁਜ਼ਰ ਰਿਹਾ ਹੈ ਔਰ ਫਿਜ਼ੀਕਲੀ ਚੈਲੰਜ ਵੀ ਔਰ ਸਪੈਸ਼ਲੀ ਜ਼ਿਆਦਾਤਰ ਕਿਹਾ ਜਾ ਰਿਹਾ ਹੈ ਕਿ ਇਮਿਊਨਿਟੀ ਸਟਰੋਂਗ ਰੱਖੋ ਕਿਉਂਕਿ ਜੇ ਸਾਡੀ ਸੋਚ ਔਰ ਅੰਦਰੂਨੀ ਸ਼ਰੀਰ ਮਜ਼ਬ ਉਸ ਦੁੱਖ ਨੂੰ ਚੇਲਣ ਲਈ ਤਾਂ ਅਸੀਂ ਉਹ ਜੰਗ ਜ਼ਰੂਰ ਜਿੱਤ ਜਾਣੇ ਆ ਸੋ ਇਮਿਊਨ ਸਿਸਟਮ ਨੂੰ ਕਿੱਦਾਂ ਸਟਰੋਂਗ ਰੱਖਿਆ ਜਾਵੇ ਬਿਲਕੁਲ ਜੋਤੀ ਜੀ ਜਿਵੇਂ ਅੱਜ ਕੱਲ ਸਮਾਂ ਆ ਗਿਆ ਹੈਗਾ ਕਿ ਪਹਿਲਾਂ ਅਸੀਂ ਪਹਿਲੀ ਜਿਹੜੀ ਸਾਡੀ ਜ਼ਿੰਦਗੀ ਲੰਘੀ ਉਹਦੇ ਵਿੱਚ ਅਸੀਂ ਸਾਡੇ ਖਾਣਿਆਂ ਤੇ ਛਾਤੀ ਨਹੀਂ ਮਾਰੀ ਬਹੁਤ ਮਿਸਟੇਕ ਕੀਤੀਆਂ ਅਸੀਂ ਆਪਣੀ ਕਿਚਨ ਵਿੱਚੋਂ ਜੋ ਕੁਝ ਸਾਨੂੰ ਮਿਲਿਆ ਅਸੀਂ ਉਹ ਖਾਦਾ ਪਰ ਅੱਜ ਸਮਾਂ ਉਹ ਆ ਗਿਆ ਹੈਗਾ ਕਿ ਅਸੀਂ ਇਦਾਂ ਦੀ ਸਿਚੁਏਸ਼ਨ ਚੋਂ ਗੁਜ਼ਰ ਰਹੇ ਆਂ ਸਾਡੇ ਸਟ੍ਰੈਸ ਬਹੁਤ ਹੈਗੀ ਮੈਂਟਲ ਸਟ੍ਰੈਸ ਵਿੱਚੋਂ ਗੁਜ਼ਰ ਰਹੇ ਹਾਂ ਤੇ ਨਾਲ ਨਾਲ ਸਾਨੂੰ ਸਾਡੀਆਂ ਜੌਬਸ ਫਾਈਨੈਂਸ਼ੀਅਲ ਵੀ ਸਿਚੁਏਸ਼ਨ ਖਰਾਬ ਹੋ ਗਈ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਕਹਿਦਮਾ ਕਿ ਆਪਾਂ ਨੂੰ ਸਭ ਤੋਂ ਵੱਡਾ ਲੇਡੀਜ਼ ਨੂੰ ਇਹ ਫਿਕਰ ਹੋ ਜਾਂਦਾ ਸਾਰਿਆਂ ਨੂੰ ਕਿ ਸਾਡੀ ਸਿਹਤ ਜਾ ਰਹੀ ਹੈਗੀ ਆ ਜਦੋਂ ਸਾਡੀ ਸਿਹਤ ਜਾਂਦੀ ਉਹਦੇ ਵਿੱਚ ਜਿੱਦ ਜਿੱਦ ਅਸੀਂ ਓਵਰ ਈਟਿੰਗ ਕਰਦੇ ਹਾਂ ਬਿਨਾਂ ਸੋਚਿਆਂ ਬਿਨਾਂ ਦੇਖਿਆਂ ਸਟ੍ਰੈਸ 'ਚੋਂ ਗੁਜ਼ਰਦੇ ਹੋਏ ਅੰਟਲ ਮਿਡ ਨਾਈਟ ਅਸੀਂ ਖਾਈ ਜਾਂਦੇ ਹਾਂ ਜਿਹਦੇ ਵਿੱਚ ਮੋਰ ਗਰੀਸੀ ਫੂਡ ਹੈਗੇ ਆ ਮੋਰ ਕਾਰਬੋਹਾਈਡਰੇਟਸ ਹੈਗੇ ਆ ਫੈਟੀ ਜਿਹੜੀਆਂ ਚੀਜ਼ਾਂ ਹੈਗੀਆਂ ਫਰੋਜ਼ਨ ਫਰੂਟਸ ਹੈਗੇ ਆ ਫਰੋਜ਼ਨ ਫੂਡਸ ਸੌਰੀ ਹੈਗੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਜਦੋਂ ਬਿਨ ਦੇਖਿਆ ਖਾ ਰਹੇ ਹੈਗੇ ਤਾਂ ਅਸੀਂ ਆਪਣੀ ਇਮਿਊਨਿਟੀ ਵੀ ਨਾਲ ਡ੍ਰੌਪ ਕਰ ਰਹੇ ਹੈਗੇ ਹਾਂ ਬਿਲਕੁਲ ਬਿਲਕੁਲ ਸਾਨੂੰ ਇਸ ਸਮੇਂ ਦੇ ਵਿੱਚ ਹੁਣ ਉਹ ਸਮਾਂ ਆ ਗਿਆ ਕਿ ਪਲੇਟ ਵੱਲ ਝਾਤੀ ਮਾਰਨੀ ਪੈਣੀ ਆ ਜੋ ਕੁਝ ਪਹਿਲਾਂ ਕੀਤਾ ਇਟਸ ਓਕੇ ਬਟ ਸਾਨੂੰ ਆਪਣੇ ਫੂਡ ਦੇ ਵਿੱਚ ਸਾਡੀ ਪਲੇਟ ਨੂੰ ਕਲਰਫੁਲ ਬਣਾਉਣ ਦੀ ਹੁਣ ਲੋੜ ਹੈਗੀ ਜਿਹਦੇ ਵਿੱਚ ਸਾਨੂੰ ਫਾਈਬਰ ਵੀ ਰੱਖਿਆ ਹੋਵੇ ਦੇ ਨਾਲ-ਨਾਲ ਆਇਰਨ ਵਾਲੀਆਂ ਚੀਜ਼ਾਂ ਵੀ ਹੋਣ ਤੇ ਨਾਲ-ਨਾਲ ਹਾਈ ਪ੍ਰੋਟੀਨ ਵੀ ਹੋਵੇ ਇਮਿਊਨਿਟੀ ਨੂੰ ਸਟਰੋਂਗ ਕਰਨ ਵਾਲੇ ਇਮਿਊਨਿਟੀ ਪ੍ਰੋਡਕਟ ਜਿਵੇਂ ਹੋ ਗਏ ਐਂਟੀਆਕਸੀਡੈਂਟ ਜਿਵੇਂ ਹੁੰਦੇ ਜਿਵੇਂ ਵੀਟ ਰੂਟਸ ਹੋ ਗਿਆ ਜਾਂ ਕੇਲ ਹੋ ਗਈ ਜਾਂ ਪਾਲਕ ਹੋ ਗਈ ਜਾਂ 베ਰੀਜ਼ ਹੋ ਗਈਆਂ ਫਰੋਜ਼ਨ ਲੈ ਲਓ ਜਾਂ ਫਰੈਸ਼ ਲੈ ਲਓ ਸਾਰੇ ਫਰੂਟਸ ਹੋ ਗਏ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਡੇ ਖਾਣੇ ਦੇ ਵਿੱਚ ਸਾਨੂੰ ਸ਼ਾਮਲ ਕਰਨ ਦੀ ਲੋੜ ਆ ਇਹ ਨਹੀਂ ਹੋਣਾ ਚਾਹੀਦਾ ਕਿ ਮਾਰਨਿੰਗ ਹੈਗਾ ਅਸੀਂ ਇੱਕ ਰੋਟੀ ਚੁੱਕੀ ਜਾਂ ਅਸੀਂ ਕੋਈ ਬ੍ਰੈਡ ਕਾਰਪ ਚੁੱਕਿਆ ਜਾਂ ਅਸੀਂ ਇੱਕ ਟੀ ਦੇ ਕੱਪ ਦੇ ਨਾਲ ਆਪਣਾ ਸਮ ਲੰਗਾ ਕੇ ਗਾਹਾਂ ਲੰਗਾ ਪਰ ਨਹੀਂ ਸਾਨੂੰ ਸਾਡੀ ਪਲੇਟ ਨੂੰ ਕਲਰਫੁਲ ਬਣਾ ਕੇ ਮਾਰਨਿੰਗ ਚ ਵੀ ਹੋਣ ਲੈਣਾ ਪੈਣਾ ਆਫਟਰਨੂਨ ਵਿੱਚ ਵੀ ਸਾਨੂੰ ਇਸ ਚੀਜ਼ ਨੂੰ ਫਾਲੋ ਕਰਦੇ ਆ ਪ੍ਰੀਮਿਅਰਟੀ ਨੂੰ ਵਧਾਉਣਾ ਪੈਣਾ ਤਾਂ ਅਸੀਂ ਇਸ ਜਿਹੜੀ ਬੈਡ ਸਿਚੁਏਸ਼ਨ ਹੈ ਉਹਦਾ ਸਾਹਮਣਾ ਕਰ ਸਕਦੇ ਆ ਔਰ ਗਾਰੰਟੀ ਕਿਸੇ ਦੀ ਵੀ ਨਹੀਂ ਤੁਹਾਨੂੰ ਹੋ ਸਕਦਾ ਮੈਨੂੰ ਹੋ ਸਕਦਾ ਆਪਾਂ ਨੂੰ ਮਾਣ ਨਹੀਂ ਕਈਆਂ ਨੂੰ ਹੋ ਕੇ ਹਟਿਆ ਦੂਜੀ ਵਾਰੀ ਫਿਰ ਹੋਇਆ ਬਹੁਤ ਸਾਡੇ ਕਲੀਗਸ ਹਨ ਬਟ ਜਿਹੜੇ ਸਾਡੇ ਪ੍ਰੋਡਕਟ ਨੂੰ ਫਾਲੋ ਕਰਦੇ ਆ ਸਾਡੇ ਗਰੁੱਪਸ ਦੇ ਵਿੱਚ ਜੋ ਅਸੀਂ ਰੈਸਪੀਸ ਉਹਨਾਂ ਨੂੰ ਦਿੰਦੇ ਹੈਗੇ ਆ ਜਾਂ ਉਹ ਕਲਾਸਿਜ਼ ਲਗਾਉਂਦੇ ਉਹ ਜਿਹੜੇ ਸਾਡੇ ਕਲਾਇੰਟਸ ਆ ਸਾਡੇ ਫਰੈਂਡਸ ਆ ਮੋਰ ਥੈਨ 1 অর 2 वीक ਦੇ ਵਿੱਚ रिकवर ਹੋਏ ਆ ਜਿਹੜੇ ਕਿ ਉਹਨਾਂ ਦੀ ਫੂਡ ਦੀ ਜਿਹੜੀ ਸਿੱਖੀ ਹੋਈ ਇੱਕ juxt ਸੀ ਉਸਨੇ ਉੱਥੇ ਕੰਮ ਦਿੱਤਾ ਸੋ ਆਪਾਂ ਸਾਰਿਆਂ ਨੂੰ ਇਹੀ ਗੁਜਾਰਿਸ਼ ਕਰਦੇ ਆ ਕਿ ਫੂਡ ਨੂੰ ਖਾਣਾ ਸਿੱਖੋ ਅੱਜ ਸਾਨੂੰ ਫੂਡ ਨੂੰ ਸੁਧਾਰਨ ਦੀ ਬਹੁਤ ਲੋੜ ਆ ਜਿਹਦੇ ਨਾਲ ਅਸੀਂ ਆਪਣੀ ਇਮਿਊਨਿਟੀ ਨੂੰ ਆਪਣੀ ਜਾਨ ਨੂੰ ਜਿਹੜਾ ਕਾਫੀ ਆ ਬਲਬੀਰ ਮੈਂ ਕੁਝ ਐਡ ਕਰਨਾ ਚਾਹਾਂਗੀ ਤੁਹਾਡੀ ਇਸ ਗੱਲ ਦੇ ਵਿੱਚ ਕਿ ਜਿੱਥੇ ਇੰਨੀਆਂ ਚੀਜ਼ਾਂ ਬਲਬੀਰ ਜੀ ਨੇ ਤੁਹਾਨੂੰ ਦੱਸੀਆਂ ਸੋ ਵਿਟਾਮਿਨ ਸੀ ਲਈ ਹਮੇਸ਼ਾ ਕਿਹਾ ਜਾਂਦਾ ਹੈ ਕਿ ਉਹ ਜ਼ਰੂਰ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਰੱਖੋ ਵਿਟਾਮਿਨ ਸੀ ਦੀਆਂ ਟੈਬਲਟਾਂ ਵੀ ਆਂਦੀ ਹੈ ਔਰ ਵਿਟਾਮਿਨ ਸੀ ਤੁਸੀਂ ਨੇਚਰਲ ਤਰੀਕੇ ਨਾਲ ਵੀ ਲੈ ਸਕਦੇ ਹੋ ਹਨਾ ਗਲਬੀਰ ਜਿਵੇਂ ਕਿ ਔਰੰਜਸ ਹੈਗੇ ਆ ਔਰੰਜਸ ਵਿੱਚ ਵਿਟਾਮਿਨ ਸੀ ਬਹੁਤ ਹੁੰਦਾ ਹੈ ਜਿਆਦਾ ਹੁੰਦਾ ਸੋ ਉਹਨਾਂ ਨੂੰ ਤੁਸੀਂ ਐਡ ਆਨ ਕਰੋ ਆਪਣੀ ਡਾਈਟ ਤੇ ਬਿਲਕੁਲ ਔਰ ਮੈਨੂੰ ਲੱਗਦਾ ਹੈ ਕਿ ਇਮਿਊਨਿਟੀ ਨੂੰ ਵਧਾਣ ਦੀ ਜ਼ਰੂਰਤ ਤਾਂ ਹੈਗੀ ਹੈ ਪਰ ਉਸਦੇ ਨਾਲ ਇਮਿਊਨਿਟੀ ਨੂੰ ਜਿਹੜੀ ਚੀਜ਼ਾਂ ਵੀਕ ਕਰਦੀਆਂ ਸਾਡੀ ਨੂੰ ਰਾਈਟ ਘਟਾਉਣ ਦੀ ਵੀ ਉਹ ਘਟਾਉਣ ਦੀ ਵੀ ਜ਼ਰੂਰਤ ਹੈਗੀ ਹੈ ਬਿਲਕੁਲ ਜਿਵੇਂ ਹੁਣ ਆਪਾਂ ਘਰ ਦੇ ਵਿੱਚ ਮਾਰਨਿੰਗ ਚੁੱਠੇ ਆ ਜਿੰਜਰ ਜਿਹੜੀ ਟੀ ਲਈ ਜਾਵੇ ਕਿ ਸਾਡਾ ਗਲਾ ਸਾਫ਼ ਹੋਵੇ ਸਾਡੀ ਜਿਹੜੀ ਥੋੜੀ ਬਹੁਤੀ ਕੋਈ ਅਸੀਂ ਗਲਤ ਫੂਡ ਖਾਦਾ ਉਹ ਸਾਡਾ ਕਲੀਨ ਆਊਟ ਡੀਟੌਕਸ ਹੋ ਸਕੇ ਨਾਲ ਨਾਲ ਜਿੱਦਾਂ ਬਲੈਕ ਟੀ ਹੋ ਗਈ ਆ ਤੇ ਨਾਲ ਨਾਲ ਜਿਵੇਂ ਘਰ ਦੇ ਵਿੱਚ ਮਾਰਨਿੰਗ ਦੇ ਵਿੱਚ ਅਸੀਂ ਅਸਵਾ ਉੱਠਦੇ ਹਾਂ ਮੈਂ ਇੱਕ ਛੋਟਾ ਜਿਹਾ ਸਾਰੇ ਦਰਸ਼ਕਾਂ ਨੂੰ ਟਿਪ ਵੀ ਦੇ ਦਿੰਨੀ ਹੁੰਨੀ ਆ ਕਿ ਜਿਵੇਂ ਤੁਹਾਡੇ ਘਰ ਗਾਰਲਿਕ ਸਾਰਿਆਂ ਦੇ ਹੈਗਾ ਤੁਸੀਂ ਉਹਨੂੰ 2-3 ਮਹੀਨੇ ਪਹਿਲਾਂ ਜਿਹੜਾ ਇੱਕ ਐਪਲ ਸਾਈਡਰ ਬਿਨੇਗਰ ਹੁੰਦਾ ਉਹਦਾ ਛੋਟਾ ਜਿਹਾ ਇੱਕ ਜਾਰ ਲੈ ਕੇ ਜਿਵੇਂ ਕਹਦੀ ਇੱਕ ਕੱਪ ਦਾ ਸਾਈਜ਼ ਹੋਵੇ ਉਹਦੇ ਵਿੱਚ ਥੋੜੀਆਂ ਜੀਆਂ ਜਿਹੜੀਆਂ ਉਹਦੀਆਂ ਛੋਟੇ ਛੋਟੇ ਪੀਸੇਜ਼ ਹੈਗੇ ਆ ਉਹਨਾਂ ਨੂੰ ਆਪਾਂ ਇੱਕ ਦੋ ਜਿੱਦਾਂ ਉਹ ਜੜੀ ਹੈਗੀਆਂ ਕਲੋਬਸ ਹੁੰਦੇ ਨੇ ਉਹਨਾਂ ਨੂੰ ਅਸੀਂ ਵਿੱਚ ਡਬੋ ਦਈਏ ਦੋ ਮਹੀਨੇ ਬਾਅਦ ਮਾਰਨਿੰਗ ਦੇ ਵਿੱਚ ਇੱਕ ਤੋਂ ਦੋ ਪੀਸੇਜ਼ ਲੈ ਜਾਣ ਸਾਡੀ ਇਮਿਊਨਿਟੀ ਨੂੰ ਸਟਰੋਂਗ ਕਰਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੇ ਆ منٹ ਹੋ ਗਿਆ ਲੈਮਨ ਹੋ ਗਿਆ ਔਰੰਜੂਸ ਹੋ ਗਿਆ ਇਹ ਸਾਰੇ ਗਰਲਿਕ ਹੋ ਗਿਆ ਇਹ ਸਾਡੀ ਇਮਿਊਨਿਟੀ ਨੂੰ ਮੋਰ ਤੋਂ ਜਿਆਦਾ ਵਧਾਉਣ ਚ ਕਾਫੀ ਹੱਲ ਕਰਦੇ ਆ ਇਹ ਸਾਰੇ ਤਾਂ ਹੈਲਪ ਕਰਦੇ ਆ ਲੇਕਿਨ ਜਿਹੜੇ ਇਮਿਊਨਿਟੀ ਨੂੰ ਘਟਾਉਂਦੇ ਹੈਗੇ ਆ ਉਹ ਚੀਜ਼ਾਂ ਜਿਵੇਂ ਫਾਸਟ ਫੂਡ ਹੋ ਗਏ ਫਰੋਜ਼ਨ ਫੂਡ ਹੋ ਗਏ ਜ਼ਿਆਦਾ ਆਇਲੀ ਫੂਡ ਹੋ ਗਏ ਫਰਾਈਡ ਫੂਡ ਹੋ ਗਏ ਜਿਨ੍ਹਾਂ ਦੇ ਵਿੱਚ ਫੈਟੀ ਐਸਿਡਸ ਜ਼ਿਆਦਾ ਹੁੰਦੇ ਆ ਉਹ ਫੂਡ ਹੋ ਗਏ ਕਾਰਬੋਸ ਹੋ ਗਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਅਵੋਇਡ ਕਰਨੀਆਂ ਚਾਹੀਦੀਆਂ ਆਪਣੀ ਡਾਈਟ ਦੇ ਵਿੱਚ ਕਿਉਂਕਿ ਇਹ ਕਿਤੇ ਨਾ ਕਿਤੇ ਸਾਨੂੰ ਅੰਦਰੋਂ ਵੀਕ ਕਰਦੀਆਂ ਵੈ ਕਹਿੰਦੇ ਨੇ ਜੀਬ ਦੇ ਸਵਾਦ ਤਾਂ ਹੁੰਦਾ ਹੈ ਲੇਕਿਨ ਸਰੀਰ ਤੇ ਉੱਪਰ ਕੀ ਅਸਰ ਹੋ ਰਿਹਾ ਉਹ ਅਸੀਂ ਨਹੀਂ ਸੋਚਦੇ ਨਹੀਂ ਆਪਾਂ ਨਾ ਉਸ ਦੇ ਬਾਰੇ ਸੋ ਆਈ ਥਿੰਕ ਇਹ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਰੱਖਣਾ ਚਾਹੀਦਾ ਜਿਵੇਂ ਫਰੋਜ਼ਨ ਚੀਜ਼ਾਂ ਦੀ ਉਦੋਂ ਅਸੀਂ ਵਰਤੋਂ ਕਰਦੇ ਸੀ ਜੋਤੀ ਜਦੋਂ ਅਸੀਂ ਬਹੁਤ ਜ਼ਿਆਦਾ ਦੌੜ ਦੜੀਏ ਵਾਲੀ ਲਾਈਫ ਚ ਅਸੀਂ ਪਰ ਹੁਣ ਅਸੀਂ ਸਾਰੇ ਘਰਾਂ ਦੇ ਵਿੱਚ ਆ ਅਸੀਂ ਲੋੜ ਤੋਂ ਵੱਧ ਜਿਹੜਾ ਜਾ ਨਹੀਂ ਸਕਦੇ ਅਸੀਂ ਟਰਾਈ ਕਰੀਏ ਕਿ ਅਸੀਂ ਫਰੈਸ਼ ਫਰੂਟ ਫਰੈਸ਼ ਫੂਡ ਘਰ ਦਾ ਹੀ ਬਣਾ ਕੇ ਖਾਈਏ ਨਾ ਕਿ ਅਸੀਂ ਫਰੋਜ਼ਨ ਫਰੂਟਸ ਨੂੰ oven 'ਚ ਰੱਖਿਆ ਪਕਾਇਆ ਖਾਦਾ ਉਹ ਸਾਰੇ ਦੀ ਸਾਰੀ ਫੈਟ ਬਣਦੀ ਆ ਇੱਕ ਹਾਵਤ ਵੀ ਹੈਗੀ ਆ ਤੇ ਵੱਡੇ ਵੱਡੇ ਜਿਹੜੇ ਡਾਕਟਰ ਹੈਗੇ ਨੇ ਡਾਈਟੀਸ਼ਨ ਹੈਗੇ ਨੇ ਐਕਸਪਰਟ ਹੈਗੇ ਨੇ ਜਿੰਨਾ ਤੁਸੀਂ ਜ਼ਿਆਦਾ ਓਵਰ weight ਹੋਮੋਗੇ ਤੁਹਾਡੀ ਬੋਡੀ ਦਾ ਇਮਿਊਨ ਸਿਸਟਮ ਉਹਨਾ ਹੀ ਘਟ ਹੋਏਗਾ ਜਦੋਂ ਬਿਮਾਰੀ ਓਵਰ weight ਪਰਸਨ ਤੇ ਆਉਂਦੀ ਆ ਤਾਂ ਉਹਨੂੰ ਉਹ ਫਾਈਟ ਕਰਨ ਦੇ ਵਿੱਚ ਉਹਦੀ ਅਸਮਰੱਥਾ ਦੂਸਰੇ ਪਰਸਨ ਦੀ ਬਜਾਏ ਘਟ ਜਾਂਦੀ ਆ ਹਮੇਸ਼ਾ ਇਹ ਤੁਸੀਂ ਕੋਵਿਡ ਦੇ ਦੌਰਾਨ ਗੁਜ਼ਰ ਰਹੇ ਹਾਂ ਅਸੀਂ ਸਾਰਿਆਂ ਨੇ ਜਿਵੇਂ ਕੋਵਿਡ ਦੇ ਦੌਰਾਨ ਖਾਣਿਆਂ ਤੇ ਬਹੁਤ ਜ਼ਿਆਦਾ ਫੋਕਸ ਕੀਤਾ ਆਪਣੇ ਵਿਊਅਰਸ ਨੂੰ ਆਪਣੇ ਦਰਸ਼ਕ ਨੂੰ ਸਿਖਾਇਆ ਵੀ ਤੇ ਬਹੁਤ ਸਿੱਖਿਆ ਵੀ ਮੈਂ ਖੁਦ ਜੇ ਕਹਾਂ ਤਾਂ ਮੈਂ ਕੋਵਿਡ ਦੇ ਦੌਰਾਨ 220 ਮਾਰਚ ਤੋਂ ਲੈ ਕੇ ਹੁਣ ਤੱਕ 17 ਪਾਉਂਡ ਆਪਣਾ ਭਾਰ ਲੂਜ਼ ਕਰ ਚੁੱਕੇ ਹਾਂ ਕਿਉਂਕਿ ਇਹਦੇ ਵਿੱਚ ਜੇ ਅਸੀਂ ਓਵਰ weight ਜ਼ਿਆਦਾ ਹੋਏ ਤਾਂ ਸਾਨੂੰ ਜਿਹੜੀ ਸਾਡੀ ਇਮਿਊਨਿਟੀ on drop ਜਾਣਾ ਤੇ ਫਾਈਟ ਪ੍ਰੋਬਲਮ ਨੂੰ ਕਰਨ ਦੇ ਜਿਹੜੀ ਸਮਰੱਥਾ ਘਟਣੀ ਆ ਡਰ ਲੱਗਦਾ ਆ ਕੋਈ ਰੱਬ ਨਹੀਂ ਕਿਸੇ ਤੇ ਵੀ ਕਿਸੇ ਟਮੇ ਵੀ ਸਮੇਂ ਵੀ ਕੋਈ ਟਾਈਮ ਬੁਰਾ ਆ ਸਕਦਾ ਅਸੀਂ ਆਪਣੀ ਬਾਡੀ ਨੂੰ ਅੰਦਰੋਂ ਇਦਾਂ ਤਿਆਰ ਕਰੀਏ ਕਿ ਜੇ ਸਿੱਖ ਹੋਵਾਂਗੇ 1-2 ਵੀਕ 3 ਵੀਕ ਚ ਰਿਕਵਰ ਹੋਈਏ ਪਰ ਹਸਪੀਟਲ ਜਾਣ ਦੀ ਹਸਿਆਤ ਨਾ ਆਵੇ ਕਿ ਅਸੀਂ ਉੱਥੇ ਜਾ ਕੇ ਇੰਨਾ ਜ਼ਿਆਦਾ ਸੈਡ ਹੋਈਏ ਤੇ ਬਹੁਤ ਜ਼ਿਆਦਾ ਬੈਰ ਬਿਲਕੁਲ ਚੱਲ ਰਿਹਾ ਹੈਗਾ ਸੋ ਜਿਵੇਂ ਕਿ ਤੁਸੀਂ ਕਿਹਾ ਕਿ ਹੈਵੀ weight ਜ਼ਿਆਦਾ ਭਾਰ ਹੋਣ ਨਾਲ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਹੋਰ ਸਾਡੀਆਂ ਹੈਲਥ ਨਾਲ ਜੁੜੀਆਂ ਆ ਜਾਂਦੀਆਂ ਕਈ ਵਾਰੀ ਇੰਟਰਨਲੀ ਤਾਂ ਅਸੀਂ ਵੀਕ ਹੁੰਦੇ 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 ਆ ਲੇਕਿਨ ਜਿਹੜੀ ਸਾਡੀ ਕੰਮ ਕਰਨ ਦੀ ਸ਼ਮਤਾ ਹੈਗੀ ਆ ਉਹ ਵੀ ਸਾਡੀ ਘਟ ਜਾਂਦੀ ਹੈ ਸਾਡਾ ਸਟੈਮੀਨਾ ਘਟ ਜਾਂਦਾ ਹੈ ਤੁਹਾਡੀ ਨੀਂਦ ਵੀ ਜਿਹੜੀ ਅਸੀਂ ਉਹ ਓਵਰ ਲੈਨੇ ਆ ਜਿੰਨੀ ਸਾਨੂੰ ਨਹੀਂ ਲੈਣੀ ਚਾਹੀਦੀ ਕਿਉਂਕਿ ਅਸੀਂ ਲੇਜੀ ਹੋ ਜਾਂਦੇ ਆ ਰਾਈਟ ਸੋ ਆਈ ਥਿੰਕ ਇੱਕ ਗੁੱਡ ਡਾਈਟ ਜਿਹੜੀ ਹੈ ਬੈਲੈਂਸਡ ਡਾਈਟ ਦਾ ਹੋਣਾ ਜਿਹੜਾ ਸਾਡੀ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਨਾ ਤੇ ਨਾਲ ਜੋਤੀ ਮੈਂ ਐਡ ਕਰਨਾ ਚਾਹ ਕੋਈ ਨਾ ਕਿ ਆਪਾਂ ਖਾਣਿਆਂ ਦਾ ਵੀ ਚਲੋ ਧਿਆਨ ਰੱਖਣ ਦੀ ਕੋਸ਼ਿਸ਼ ਕਰ ਲੈਨੇ ਪਰ ਅਸੀਂ ਐਕਸਰਸਾਈਜ਼ ਵੱਲ ਨਹੀਂ ਜਾਂਦੇ ਸਾਡੀ ਕਮਿਊਨਿਟੀ ਦੇ ਵਿੱਚ ਸਾਡੀਆਂ ਭੈਣਾਂ ਸਾਡੇ ਭਰਾ ਕੰਮਾਂ ਚ ਇੰਨੇ ਬਿਜ਼ੀ ਕਿ ਅਸੀਂ ਐਕਸਰਸਾਈਜ਼ ਨੂੰ ਧਿਆਨ ਨਹੀਂ ਦਿੰਦੇ ਮੈਂ ਕਹਿੰਨੀ ਆ ਜੇ ਤੁਸੀਂ 25 ਤੋਂ 30 ਮਿੰਟ ਕਿਚਨ ਚ ਜਦੋਂ ਤੁਹਾਡੀ ਚਾਹ ਬਣਦੀ ਆ ਜਾਂ ਤੁਹਾਡੀ ਦਾਲ ਬਣ ਰਹੀ ਜਾਂ ਲੇਡੀਜ਼ ਕੁਝ ਪਕਾ ਰਹੀਆਂ ਉਹਦੇ ਦੌਰਾਨ ਤੁਸੀਂ ਆਪਣੀ ਅਪਰ ਬਾਡੀ ਦੀ ਖੜੇ ਖੜੇ ਐਕਸਰਸਾਈਜ਼ ਕਰ ਸਕਦੇ ਆ ਅਗਰ ਤੁਹਾਡੇ ਕੋਲ 30 ਮਿੰਟ ਨਿਕਲਦੇ ਆ ਤੁਸੀਂ ਪ੍ਰੋਪਰ ਐਕਸਰਸਾਈਜ਼ ਰੋਜ਼ ਕਰੋ ਤੁਹਾਡੀ ਬਾਡੀ ਸ਼ੇਪ ਚ ਆਉਣੀ ਸ਼ੁਰੂ ਹੋ ਜਾਂਦੀ ਤੁਹਾਡੇ ਇੰਚ ਵੀ ਬੜੇ ਘਟਦੇ ਆ ਤੁਹਾਡੀ ਲੁੱਕ ਵੀ ਬੜੀ ਚੇਂਜ ਹੁੰਦੀ ਤੁਹਾਨੂੰ ਅੰਦਰੋਂ ਖੁਸ਼ੀ ਮਿਲਦੀ ਤੇ ਤੁਹਾਡੀ ਜਿਹੜੀ ਐਕਸਰਸਾਈਜ਼ ਕੀਤੀ ਹੋਈ ਆ ਸਾਡੇ ਬ੍ਰੇਨ ਨੂੰ ਫੂਡ ਦਿੰਦੀ ਹਾਰਮੋਨ ਪ੍ਰੋਡਿਊਸ ਜਿਹੜੇ ਹੁੰਦੇ ਨੇ ਉਹ ਗੁੱਡ ਹੋ ਜਾਂਦੇ ਆ ਸਾਨੂੰ ਲੱਗਦਾ ਕਿ ਅਸੀਂ ਤੇ ਕੁਝ ਇੱਕ ਚੀਜ਼ ਨੂੰ ਜਿੱਤ ਲਿਆ ਕਿ ਅਸੀਂ ਮਾਰਨਿੰਗ 'ਚ ਬੜੇ ਹਲਕੇ ਫੁਲਕੇ ਰਾਤ ਤੱਕ ਅਸੀਂ ਉਡੂ ਢੂ ਕਰਦੇ ਆ ਸਾਰੀਆਂ ਚੀਜ਼ਾਂ ਦਾ ਸਹਾਰਾ ਲੈ ਕੇ ਮੈਂ ਕਹਿੰਨੀ ਆ ਬਿਮਾਰੀ ਦੇ ਨਾਲ ਫਾਈਟ ਕਰੋ ਤੇ ਬਾਕੀ ਸਾਡੇ ਫੂਡ ਜਿਹੜੇ ਹੈਗੇ ਨੇ ਉਹ ਤਾਂ ਅਸੀਂ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਰਹੇ ਹੈਗੇ ਆ ਬਾਕੀ ਜਦੋਂ ਅਸੀਂ ਮੰਨ ਲਓ ਕੋਈ ਵੀ ਡਾਈਟ ਪਲਾਨ ਲੈਂਦੇ ਆ ਬਲਬੀਤ ਤੇ ਉਸ ਦੇ ਵਿੱਚ ਕਈ ਵਾਰੀ ਸਾਨੂੰ ਕ੍ਰੇਵਿੰਗਸ ਬਹੁਤ ਫੀਲ ਹੁੰਦੀਆਂ ਅਸੀਂ ਕੰਟਰੋਲ ਨਹੀਂ ਕਰ ਪਾਉਂਦੇ ਆ ਉਸ ਡਾਈਟ ਪਲਾਨ ਨੂੰ ਪ੍ਰੋਪਰਲੀ ਫੋਲੋ ਨਹੀਂ ਕਰ ਪਾਉਂਦੇ ਉਹਦਾ ਕੀ ਰੀਜ਼ਨ ਹੁੰਦਾ ਉਹਦਾ ਕੀ ਰੀਜ਼ਨ ਹੁੰਦਾ ਕਿ ਅਸੀਂ ਬਾਡੀ ਨੂੰ ਪ੍ਰੋਪਰ ਫੂਡ ਨਹੀਂ ਦਿੱਤਾ ਜੇ ਅਸੀਂ ਆਪਣੇ ਮੈਂ ਐਗਜ਼ਾਮਪਲ ਬਹੁਤ ਜ਼ਿਆਦਾ ਦਿਨੀ ਹੁੰਦੀਆਂ ਟਾਈਮ ਦੀ ਸ਼ਾਰਟੇਜ ਹੋਣ ਕਰਕੇ ਮੈਨੂੰ ਇੰਨਾ ਜ਼ਿਆਦਾ ਨਹੀਂ ਵੀ ਦੇਣੀਆਂ ਚਾਹੀਦੀਆਂ ਆਪਾਂ ਆਪਣੀ ਗੱਡੀ ਦੇ ਵਿੱਚ ਪ੍ਰੋਪਰ ਡੀਜ਼ਲ ਦੀ ਬਜਾਏ ਪੈਟਰੋਲ ਪਾ ਲਈਏ ਤਾਂ ਗੱਡੀ ਸਾਡੀ ਯੂ نو ਪ੍ਰੋਬਲਮ ਦੇਗੀ ਖੜ ਜਾਏਗੀ ਅਸੀਂ ਆਪਣੀ ਬਾਡੀ ਨੂੰ ਜੋ ਚਾਹੀਦਾ ਮਾਰਨਿੰਗ 'ਚ ਉਹ ਨਹੀਂ ਦਿੱਤਾ ਹੁੰਦਾ ਸਾਡੀ ਬਾਡੀ ਹਫੜਾ ਦਫੜੀ ਕਰਦੀ ਆ ਸਾਨੂੰ ਕ੍ਰੀਵਿੰਗ ਹੁੰਦੀ ਆ ਅਸੀਂ ਮਿੱਠਾ ਚੱਕ ਲਈਏ ਅਸੀਂ ਲੂਣ ਚੱਕ ਲਈਏ ਮੈਂ ਇਹਦੀ ਥਾਂ ਤੇ ਇਹ ਕਹੂੰਗੀ ਕਿ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਸਾਰਿਆਂ ਦੇ ਘਰ ਦੇ ਵਿੱਚ ਜੂਸ ਮੇਕਰ ਹੈਗੇ ਆ ਬਲੈਂਡਰ ਹੈਗੇ ਆ ਨਿਊਟਰੀ ਬੁਲੇਟਸ ਹੈਗੇ ਆ ਤੁਸੀਂ ਪੰਜ ਤੋਂ ਛੇ ਤਰ੍ਹਾਂ ਦੇ ਫਰੂਟਸ ਜਿਵੇਂ ਚੁਕੰਦਰ ਹੈਗਾ ਬਰੋਕਲੀ ਪਾਲਕ ਹੋ ਗਈ ਆ ਕੇਲ ਹੋ ਗਈ ਆ ਤੇ ਜਿਵੇਂ ਬੀਟ ਰੂਟ ਸਿਵੇਂ ਚੁਕੰਦਰ ਦੇ 4-5 ਪੀਸਸ ਵਿੱਚ ਪਾ ਲਓ ਤੇ ਉਹਨਾਂ ਨੂੰ ਤੁਸੀਂ ਮਿਕਸ ਕਰਕੇ ਉਹਨਾਂ ਵਿੱਚ ਗਾਜਰ ਐਡ ਕਰ ਸਕਦੇ ਆ ਉਹਨਾਂ ਦੇ ਵਿੱਚ ਤੁਸੀਂ ਥੋੜਾ ਬਹੁਤਾ ਲੈਮਨ ਵੀ ਐਡ ਕਰ ਸਕਦੇ ਹੈਗੇ ਆ ਜਿੰਜਰ ਐਡ ਕਰ ਸਕਦੇ ਹੈਗੇ ਆ ਤੁਸੀਂ ਉਹਨਾਂ ਨੂੰ ਨਾ ਤਾਂ ਉਹ ਲੂਣ ਵਾਲੇ ਹੋਣ ਨਾ ਹੀ ਉਹ ਐਨੇ ਸਵੀਟਸ ਹੋਣ ਤੁਸੀਂ ਉਹਨਾਂ ਦਾ ਕੰਬੀਨੇਸ਼ਨ ਬਣਾ ਕੇ ਫਰੈਸ਼ ਜੂਸ ਜਿਹੜਾ ਦਿਨ ਦੇ ਵਿੱਚ ਦੋ ਗਲਾਸ ਲੈ ਸਕਦੇ ਹੋਂ 1 ਗਲਾਸ ਮਿਡ ਮਾਰਨਿੰਗ ਦੇ ਵਿੱਚ 1 ਗਲਾਸ ਜਿਹੜਾ ਆਫਟਰਨੂਨ ਦੇ ਵਿੱਚ ਉਹ ਤੁਹਾਨੂੰ ਤੁਹਾਡੀ ਬੋਡੀ ਚ ਜਿਹੜੀਆਂ ਕ੍ਰੀਵਿੰਗਸ ਹਾਲੀਚਲ ਹੁੰਦੀ ਉਹਨੂੰ ਬਿਲਕੁਲ ਉਸ ਸਮੂਥ ਕਰ ਦੇਣਗੇ ਇਹ ਬਹੁਤ ਵੱਡਾ ਇੱਕ ਨੁਸਖਾ ਹੈਗਾ ਕਿ ਅਸੀਂ ਉਸ ਚੀਜ਼ ਦਾ ਸਾਰਾ ਲੈ ਕੇ ਕ੍ਰੀਵਿੰਗ ਨੂੰ ਮਾਰੀਏ ਜਾਂ ਫਿਰ ਅਸੀਂ ਫਰੂਟਸ ਨੂੰ ਰਲਾ ਕੇ ਉਹਨਾਂ ਦੇ ਉੱਤੇ ਜਿਵੇਂ omega 3 ਸਾਨੂੰ ਲੈਣ ਦੀ ਬਹੁਤ ਜ਼ਰੂਰਤ ਹੁੰਦੀ ਆ ਤੇ ਉਹਦੇ ਉੱਤੇ ਸੀ ਫਲੈਕ ਸੀਡ ਹੋ ਗਏ ਆ ਸਨਫਲਾవర్ ਸੀਡਸ ਹੋ ਗਏ chia seeds ਹੋ ਗਏ hemp seeds ਹੋ ਗਏ fruit ਦੀ پلیਟ ਨੂੰ ਅਸੀਂ ਮਲਟੀ ਕਲਰ ਦੇ ਵਿੱਚ ਲੈ ਕੇ ਅਗਰ ਤੁਸੀਂ ਚਾਹੁੰਦੇ ਹੋ ਤੁਸੀਂ ਉਹਦੇ ਤੇ ਫਲੈਕਸ ਆਇਲ ਦਾ ਇੱਕ ਚਮਚਾ ਛੜਕਾ ਕਰਕੇ ਵੀ ਲਾਓ ਕਿ ਤੁਹਾਡੀ ਬਾਡੀ ਦੇ ਵਿੱਚ ਇਹ ਜਿਹੜੇ ਹੈਗੇ omega 3 omega 6 ਦੀ ਜਿਹੜੀ ਆ ਜਦੋਂ ਮਾਤਰਾ ਪ੍ਰੋਪਰ ਤਰੀਕੇ ਨਾਲ ਜਾਂਦੀ ਆ ਸਾਡੀ ਬਾਡੀ ਇਮਿਊਨਿਟੀ ਨੂੰ ਵੀ ਸਟਰੋਂਗ ਹੁੰਦੀ ਤੇ ਨਾਲ-ਨਾਲ ਸਾਡੀ ਜਿਹੜੀ ਬਾਡੀ ਆ ਉਹ ਥੱਕਦੀ ਨਹੀਂ ਤੇ ਸਾਡੀਆਂ ਬੋਨਸ ਸਾਡੇ ਮਸਲ ਇਰੈਲੈਕਸੇਸ਼ਨ ਟਾਈਪ ਫੀਲ ਕਰਦੇ ਆ ਅਸੀਂ ਓਡੇ-ਓਡੇ ਫਿਰਦੇ ਉਹਦੇ ਨਾਲ ਸਾਨੂੰ ਬਹੁਤ ਹੀ ਵੱਡਾ ਸਹਾਰਾ ਮਿਲਦਾ ਕਈ ਵਾਰੀ ਬਾਡੀ ਹੈਵੀਨੈਸ ਸਾਨੂੰ ਫੀਲ ਹੁੰਦੀ ਹੈ ਅਸੀਂ ਪਲਾਨ ਵੀ ਕਰ ਰਹੇ ਹਾਂ ਪਰ ਫੇਰ ਵੀ ਬਲੋਟਿੰਗ ਫੀਲ ਹੁੰਦੀ ਹੈ ਜਾਂ ਹੈਵੀਨੈਸ ਫੀਲ ਹੁੰਦੀ ਹੈ ਉਹ ਕਿਦਾਂ ਆਪਾਂ ਠੀਕ ਕਰ ਸਕਦੇ ਹਾਂ ਬਿਲਕੁਲ ਜੋਤੀ ਇਹਦੇ ਵਿੱਚ ਮੈਂ ਕਹਿੰਦੀ ਕਿ ਅਸੀਂ ਜਦੋਂ ਫੂਡ ਨੂੰ ਭਾਰਾ ਲੈ ਲੈਂਦੇ ਹਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਵੀ ਜਾਂ ਆਪਾਂ ਪਹਿਲਾਂ ਵਾਲੀ ਲੱਖ ਬਾਰੇ ਸੋਚੀਏ ਹਰ ਬੰਦਾ 24 ਘੰਟੇ ਤੱਕ ਐਕਟੀਵਿਟੀ ਕੋ ਕਰ ਨਹੀਂ ਸਕਦਾ ਨਾ ਹੀ ਕਰਦਾ ਸਾਨੂੰ ਆਦਤ ਆ ਅਸੀਂ ਥੋੜਾ ਜਿਹਾ ਕੰਮ ਕਰਕੇ ਹੈਵੀ ਫੂਡ ਖਾ ਕੇ ਅਸੀਂ ਸੋਫੇ ਤੇ ਬਹਿ ਜਾਂਣਾ ਸਾਡੀ ਬਾਡੀ ਐਸਡੀਟੀ ਵੀ ਬਣਾਦੀ ਆ ਸਾਡਾ ਡਾਈਜੈਸਟਿਵ ਸਿਸਟਮ ਬਹੁਤ ਸਲੋ ਹੋ ਜਾਂਦਾ ਸਾਨੂੰ ਕਈ ਵਾਰੀ ਬਰਪ ਆ ਉਹ ਰੀਫਲਕਸ ਪ੍ਰੋਬਲਮ ਹੋ ਜਾਂਦੀ ਕਿ ਖਾਣਾ ਖਾਂਦੇ ਉੱਪਰ ਨੂੰ ਆਈ ਜਾਂਦਾ ਹੈਵੀ ਹੈਵੀ ਲੱਗਦਾ ਜਦੋਂ ਸਕੇਲ ਤੇ ਜਾਂਦੇ ਆ ਭਾਰ ਸੇਮ ਹੁੰਦਾ ਬਟ ਉਹ ਕਹਿੰਦੇ ਕਿ ਸਾਡਾ ਟਮੇ ਬਹੁਤ ਹੈਵੀ ਫੀਲ ਹੋ ਰਿਹਾ ਹੈ ਉਹਦੇ ਲਈ ਮੈਂ ਕੀ ਕਹੂੰਗੀ ਕਿ ਤੁਸੀਂ ਨੇਚਰਲ অ্যালোਵੇਰਾ ਜਿਵੇਂ ਆਪਣੇ ਸਟੋਰਸ ਵੀ ਪਏ ਹੋਏ ਨੇ ਉਹਨਾਂ ਦੀ ਪલ્પ ਨੂੰ ਉਤਾਰ ਕੇ ਉਹਨਾਂ ਨੂੰ ਬਲੈਂਡਰ ਚ ਕ੍ਰਸ਼ ਕਰਕੇ ਤੁਸੀਂ ਪਾਣੀ ਚ ਮਿਲਾ ਕੇ ਉਹ ਲਿਆ ਜਾਵੇ ਤੁਸੀਂ ਰੈਡੀ ਟੂ ਗੋ ਸਾਡੀ ਕੰਪਨੀ ਦਾ ਉਹ ਵੀ ਵਿੱਚ ਐਡ ਕਰ ਸਕਦੇ ਆ ਨਾਲ ਨਾਲ ਜਿਵੇਂ ਸਾਡਾ ਫਾਈਬਰ ਹੈਗਾ ਕੰਪਲੈਕਸ ਪਾਊਡਰ ਉਹ ਵੀ ਵਿੱਚ ਐਡ ਕਰ ਸਕਦੇ ਆ ਜੇ ਤੁਸੀਂ ਨਹੀਂ ਵੀ ਇਹ ਕੰਮ ਕਰ ਸਕਦੇ ਤੁਸੀਂ ਆਪਣੀ ਕਿਚਨ ਦੇ ਵਿੱਚੋਂ ਫਾਈਬਰ ਵਾਲੇ ਖਾਣਿਆਂ ਦੀ ਜਿਵੇਂ ਸੈਲਰੀ ਹੋ ਗਈ ਫਰੂਟਸ ਹੋ ਗਏ ਜਿਵੇਂ ਆਪਾਂ ਕੀਏ ਦੀ ਸਰਜੀ ਬਣਾਈ ਉਹਦੇ ਛਿਲਕੇ ਉਤਾਰ ਕੇ ਸਿੱਟਣ ਦੀ ਬਜਾਏ ਉਹਨਾਂ ਨੂੰ ਆਪਾਂ ਜੁੱਦੀ ਆਪਣੀ ਅਟਰੀ ਦੇ ਵਿੱਚ ਜਿਹੜੀ ਆ oven ਦੇ ਵਿੱਚ air fryer ਵਿੱਚ ਜਾਂ ਵੈਸੇ ਹੀ ਕੁੱਕ ਕਰਕੇ ਖਾਓ ਕਿ ਸਾਨੂੰ ਫਾਈਬਰ ਮਿਲੇ ਜਦੋਂ ਸਾਡੀ ਬਾਡੀ ਚ ਪੂਰੀ ਮਾਤਰਾ ਦੇ ਵਿੱਚ ਆ ਫਾਈਬਰ ਗਿਆ ਹੁੰਦਾ ਜੋਤੀ ਜੀ ਸਾਨੂੰ ਜਿਹੜੀ ਆ ਐਸਡੀਟੀ ਜਾਂ ਹੈਵੀ ਪਨ ਨਹੀਂ ਲੱਗੇਗਾ ਡਾਈਜੈਸ਼ਨ ਕਲੀਨ ਹੋਣਾ ਬਹੁਤ ਜ਼ਰੂਰੀ ਜਿਹੜਾ ਪਰਸਨ ਡਾਈਜੈਸ਼ਨ ਨਹੀਂ ਕਲੀਨ ਉਹਦਾ ਹੋ ਰਿਆ ਉਹਨੂੰ ਜਿਹੜੀ ਉਹ ਵੇਟ ਗੇਨ ਦੀ ਵੀ ਪ੍ਰੋਬਲਮ ਆਏਗੀ ਔਰ ਉਹਨੂੰ ਹੈਵੀ ਪਨ ਵੀ ਲੱਗੇਗਾ ਔਰ ਉਹਨੂੰ ਐ ਲੱਗੇਗਾ ਕਿ ਮੈਂ ਜੋ ਕੁਛ ਖਾ ਦਾ ਉੱਥੇ ਪਿਆ ਇਹ ਪਚ ਨਹੀਂ ਰਿਹਾ ਸੋ ਸਾਰੀਆਂ ਚੀਜ਼ਾਂ ਦਾ ਸਹਾਰਾ ਫਾਈਬਰ ਤੋਂ ਤੇ ਹਲਕੇ ਫੂਡ ਤੋਂ ਅਸੀਂ ਜਿਹੜੇ ਫਰੋਜ਼ਨ ਫਰੂਟ ਉਹਨਾਂ ਦੀ ਫੂਡ ਦੀ ਵਰਤੋਂ ਨਾ ਕਰਦੇ ਹੋਏ ਫਰੈਸ਼ ਫੂਡ ਦੇ ਵਿੱਚ ਹਾਈ ਫਾਈਬਰ, ਲੋ ਐਡਾਨੀਆ ਪ੍ਰੋਬਾਇਓਟਿਕਸ ਸਾਡੀਆਂ ਚੀਜ਼ਾਂ ਜਿਹੜੀਆਂ ਸਾਡੀ ਕੰਪਨੀ ਰਹੀਆਂ ਉਹਨਾਂ ਦੀ ਵਰਤੋਂ ਕਰੋ। ਅਸੀਂ ਇੰਨਾ ਇੱਥੇ ਤੁਹਾਨੂੰ ਨਹੀਂ ਦੱਸ ਸਕਦੇ ਡਿਟੇਲ ਦੇ ਵਿੱਚ ਜਾਣਕਾਰੀ ਉਹ ਮੇਰੇ ਤੋਂ ਮੇਰੇ ਸ਼੍ਰੋਤੇ ਦਰਸ਼ਕ ਵੀਰ ਕਾਲ ਕਰਕੇ ਵੀ ਲੈ ਸਕਦੇ ਹੈਗੇ ਅਸੀਂ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਇਸ ਸਮੇਂ ਵਿੱਚ ਵਰਤੋਂ ਕਰੀਏ ਕਿ ਆਪਣੇ ਸਿਸਟਮ ਨੂੰ ਅਸੀਂ ਹਲਕਾ ਰੱਖ ਸਕੀਏ। ਮੈਂ ਚਾਹਨੀ ਆ ਕਿ ਬਲਬੀ ਜੀ ਤੁਸੀਂ ਜਾਣ ਤੋਂ ਪਹਿਲਾਂ ਸਾਡੇ ਦਰਸ਼ਕਾਂ ਨਾਲ ਆਪਣੀ ਇਨਫੋਰਮੇਸ਼ਨ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਤੁਹਾਨੂੰ ਕੰਟੈਕਟ ਕਰ ਸਕਣ। ਬਿਲਕੁਲ ਜੀ ਆਲਵੇਜ਼ ਦੀ ਤਰ੍ਹਾਂ ਜਿਵੇਂ ਅਸੀਂ ਬ੍ਰੈ ਦੇ ਵਿੱਚ ਰਹਿੰਦੇ ਹੈਗੇ ਕੈਸਲਮੋਰ ਐਂਡ ਗੋਰਵੇ ਤੇ ਸਾਡਾ ਜਿਹੜਾ ਹੈਗੀ ਲੋਕੇਸ਼ਨ ਆ ਮੇਰਾ ਫੋਨ ਨੰਬਰ 4166027479 ਆ ਤੇ 7 ਡੇਜ਼ ਐ ਵੀਕ 24 ਆਵਰ ਤੁਸੀਂ ਮੈਨੂੰ ਕਾਲ ਕਰ ਸਕਦੇ ਆ ਰੈਸਪੀਸ ਦੀ ਵੀ ਜਾਣਕਾਰੀ ਲੈ ਸਕਦੇ ਆ ਤੇ ਨਾਲ ਨਾਲ ਸਾਡੇ ਗਰੁੱਪਸ ਦੇ ਵਿੱਚ ਕਿਸੇ ਨੇ ਐਡ ਹੋਣਾ ਹੋਵੇ ਫ੍ਰੀ ਕਲਾਸਿਸ ਲਗਾਉਣੀਆਂ ਹੋਣ ਜਾਂ ਤੁਸੀਂ ਕੋਈ ਵੀ ਬਿਜ਼ਨਸ ਸੰਬੰਧੀ ਜਾਣਕਾਰੀ ਲੈਣੀ ਆ ਤੁਸੀਂ ਪ੍ਰੋਡਕਟ ਕਿਦਾਂ ਕੰਮ ਕਰਦੇ ਆ ਔਰ ਤੁਸੀਂ ਮੇਨਟੇਨ ਕਰਨਾ ਚਾਹੁੰਦੇ ਆ ਜਾਂ ਬੈਸੀ ਹੈਲਥ ਨੂੰ ਅਪਰੂਵ ਕਰਨਾ ਚਾਹੁੰਦੇ ਆ ਜਾਂ ਫਿਰ ਕਈ ਵਾਰੀ ਲੋਕ ਓਵਰ weight ਹੁੰਦੇ ਆ ਬਟ ਉਹ ਘਟਾ ਲੈਂਦੇ ਉਹਨਾਂ ਨੂੰ ਮੇਨਟੇਨ ਕਰਨ ਦਾ ਪਤਾ ਨਹੀਂ ਲੱਗਦਾ ਸਾਰੀਆਂ ਹੀ ਜਿਹੜੀਆਂ ਪ੍ਰੋਬਲਮਸ ਬਾਰੇ ਤੁਸੀਂ ਸਾਨੂੰ ਕਾਲ ਕਰ ਲੈਂਦੇ ਆ ਮੈਂ ਹਮੇਸ਼ਾ ਕਹਿੰਨੀ ਆ ਸਟੇ ਹੈਲਦੀ ਐਂਡ ਹੈਪੀ ਜੇ ਬਾਡੀ ਨੂੰ ਤੁਸੀਂ ਪ੍ਰੋਪਰ ਫੂਡ ਦੇਵੋਗੇ ਤਾਂ ਬਾਡੀ ਤੁਹਾਡੀ ਆਪਣੇ ਆਪ ਹੀ ਟੇਕ ਕੇਅਰ ਕਰ ਲੈਂਦੀ ਆ ਇਹ ਬਹੁਤ ਵੱਡੇ ਐਕਸਪਰਟ ਨੇ ਰਿਟਨ ਦੇ ਵਿੱਚ ਕਿਹਾ ਹੈ ਕਿ ਬਾਡੀ ਕਿੱਦਾਂ ਦੀ ਉਹਨੂੰ ਤੁਸੀਂ ਸਹੀ ਰੂਪ ਚ ਖਾਣਾ ਦੇ ਦਿਓ ਉਹ ਟੇਕ ਕੇਅਰ ਆਪਣੇ ਆਪ ਕਰੇਗੀ ਇਸੇ ਤਰ੍ਹਾਂ ਪ੍ਰੋਡਕਟ ਦਾ ਸਹਾਰਾ ਲੈਂਦਿਆਂ ਡਾਈਟ ਨੂੰ ਸੁਧਾਰਦਿਆਂ ਤੁਸੀਂ ਮੈਨੂੰ ਕਿਸੇ ਵੀ ਟਾਈਮ ਕਿਸੇ ਵੀ ਵੇਲੇ ਮੇਰੇ ਦਰਸ਼ਕ ਬਿਓਰਜ਼ ਮੈਨੂੰ ਕਾਲ ਕਰ ਸਕਦੇ ਹੋ YouTube ਤੇ ਸਾਂਝਾ ਪੰਜਾਬ ਤੇ Instagram ਤੇ ਮੇਰੇ ਨਾਂ ਨਾਲ ਬਲਬੀਰ ਲਹਿਲ ਬਲਬੀਰ weight loss ਦੇ ਨਾਲ ਹੀ ਮੈਨੂੰ ਫਾਲੋ ਕਰ ਸਕਦੇ ਹੈਗੇ ਆ ਜੀ ਬਹੁਤ ਵਧੀਆ ਥੈਂਕ ਯੂ ਬਲਬੀਰ ਤੁਸੀਂ ਆਏ ਹੋਰ ਹਮੇਸ਼ਾ ਨਹੀਂ ਵਧੀਆ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਦੇ ਹੋ ਉਮੀਦ ਕਰਦੇ ਹਾਂ ਕਿ ਅੱਜ ਦੀ ਜਾਣਕਾਰੀ ਵੀ ਸਾਡੇ ਦਰਸ਼ਕਾਂ ਨੂੰ ਵਧੀਆ ਲੱਗੀ ਸੋ ਤੁਹਾਡਾ ਧੰਨਵਾਦ ਥੈਂਕ ਯੂ ਜੋਤੀ ਤੇ ਨੈਕਸਟ ਵੀਕ ਆਪਾਂ ਬਹੁਤ ਵਧੀਆ ਹੈਲਥ ਟਿਪਸ ਲੈ ਕੇ ਨਵੀਂ ਇੰਟਰਵਿਊ ਲੈ ਕੇ ਦਰਸ਼ਕਾਂ ਦੇ ਅਬੀਅਰਸ ਦੇ ਰੂਬਰੂ ਹੋਵਾਂਗੇ ਤਦ ਤੱਕ ਸਾਰਿਆਂ ਦਾ ਥੈਂਕ ਯੂ ਰੱਬ ਰੱਖਾ ਐਂਡ ਨੈਕਸਟ ਵੀਕ ਲਈ ਤੁਹਾਡੇ ਲਈ ਇਜਾਜ਼ਤ ਲੈਂਦੀ ਆ ਸਤਿ ਸ਼੍ਰੀ ਅਕਾਲ ਤੇ ਚਲੋ ਜੀ ਮੈਂ ਵੀ ਲੈਨੀ ਆ ਤੁਹਾਡੇ ਸਾਰਿਆਂ ਕੋਲੋਂ ਇਜਾਜ਼ਤ ਉਮੀਦ ਕਰਦੀ ਹਾਂ ਕਿ ਅੱਜ ਦੀ ਗੱਲਬਾਤ ਤੁਹਾਨੂੰ ਪਸੰਦ ਆਈ ਹੈ ਜੇ ਤੁਸੀਂ ਕਿਸੇ ਤਰ੍ਹਾਂ ਦੀ ਵੀ ਹੈਲਥ ਟਿਪਸ ਲੈਣਾ ਚਾਹੁੰਦੇ ਹੋ ਡਾਈਟ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ weight ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਲਬੀਰ ਲਹਿਲ ਜੀ ਨੂੰ ਕਾਲ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਜਾ ਕੇ ਵੀ ਮੈਸੇਜ ਕਰ ਸਕਦੇ ਹੋ ਜਾਂ ਫੋਨ ਨੰਬਰ ਜਿਹੜਾ ਸਾਡੀ ਸਕਰੀਨ ਤੇ ਆ ਰਿਹਾ ਉੱਤੇ ਕਾਲ ਕਰੋ ਨਹੀਂ ਤਾਂ ਤੁਸੀਂ ਮੈਨੂੰ ਕਾਲ ਕਰੋ ਮੈਂ ਜ਼ਰੂਰ ਇਹਨਾਂ ਦੇ ਨਾਲ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਉਹ ਇਹਨਾਂ ਦੇ ਨਾਲ ਸਾਂਝੀ ਕਰਾਂਗੀ ਜਾਂ ਇਹਨਾਂ ਦਾ ਨੰਬਰ ਤੁਹਾਡੇ ਨਾਲ ਲੱਗ ਰਿਹਾ ਹੈ ਕੋਵਿਡ ਦਾ ਜ਼ਰੂਰ ਲਗਵਾਓ ਤੁਸੀਂ ਡਰੋ ਨਾ ਬਿਲਕੁਲ ਵੀ ਕਿਉਂਕਿ ਡਰ ਜਿਹੜਾ ਸਾਡਾ ਸਾਰਾ ਮਨ ਦੇ ਅੰਦਰ ਹੁੰਦਾ ਸੋ ਆਪਣੇ ਮਨ ਨੂੰ ਆਪਣੇ ਮਾਈਂਡ ਨੂੰ ਸਟਰੋਂਗ ਰੱਖੋ ਆਪਣੇ ਆਪ ਨੂੰ ਕਿਉਂਕਿ ਜਦੋਂ ਤੁਸੀਂ ਮੈਂਟਲੀ ਸਟਰੋਂਗ ਹੋਵੋਗੇ ਤਾਂ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਜੰਗ ਨੂੰ ਜਿੱਤ ਸਕਦੇ ਹੋ ਤੁਸੀਂ ਕਿਸੇ ਵੀ ਬੁਰੇ ਵਕਤ ਨੂੰ ਹਰਾ ਸਕਦੇ ਹੋ ਔਰ ਸਾਡੀ ਇਹ ਕੋਸ਼ਿਸ਼ ਰਹੇਗੀ ਤੁਹਾਨੂੰ ਵਧੀਆ-ਵਧੀਆ ਪ੍ਰੋਗਰਾਮ ਹਮੇਸ਼ਾ ਅਸੀਂ ਦਿਖਾਉਂਦੇ ਰਹੀਏ ਵਧੀਆ-ਵਧੀਆ ਸਖਸ਼ੀਤਾ ਦਾ ਮਿਲਵਾਉਂਦੇ ਰਹੀਏ ਤੁਸੀਂ ਸਾਨੂੰ ਫੋਲੋ ਕਰੋ ਸੋਸ਼ਲ ਮੀਡੀਆ ਤੇ ਸਾਡੇ ਐਪ ਨੂੰ ਤੁਸੀਂ ਜ਼ਰੂਰ ਡਾਊਨਲੋਡ ਕਰੋ SP24 SP24 ਸਾਡਾ ਇੱਕ ਹੋਰ YouTube ਚੈਨਲ ਹੈ ਜਿੱਦੇ ਜਾ ਕੇ ਤੁਸੀਂ ਸਾਡੇ ਸਾਰੇ ਪ੍ਰੋਗਰਾਮ ਵਾਚ ਕਰ ਸਕਦੇ ਹੋ ਔਰ Facebook ਪੇਜ ਨੂੰ ਵੀ ਜ਼ਰੂਰ ਲਾਈਕ ਕਰੋ ਐਂਡ ਫੋਲੋ ਕਰੋ ਮੈਨੂੰ ਵੀ ਔਨ ਸੋਸ਼ਲ ਮੀਡੀਆ ਕਿਸੇ ਵੀ ਤਰ੍ਹਾਂ ਦੀ ਕੋਈ ਬਿਜ਼ਨਸ ਦੇ ਨਾਲ ਜੁੜੀ ਹੋਈ ਜਾਣਕਾਰੀ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 6478987769 ਬਾਬ ਦਸਾਨ ਜੀ ਨੂੰ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ 4164197777 ਤੇ ਔਰ ਅਸੀਂ ਵਾਪਸ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਜਾਣਕਾਰੀ ਤੇ ਪੇਸ਼ਕਸ਼ ਦੇ ਨਾਲ ਤੁਸੀਂ ਰੱਖੋ ਆਪਣਾ ਬਹੁਤ ਸਾਰਾ ਧਿਆਨ ਤੇ ਕੋਵਿਡ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ फॉलो करो लगातार टेक केयर शब खैर सत श्रीकाल नमस्कार दिल दल करो दिल खोल के मेरे नाल जी हाँ तीन जुड़े रहो मेरे नाल ऑल साझा दिल खोल के बोल <णेगा>